ਰੂਪਨਗਰ ਪੁਲਿਸ ਵੱਲੋਂ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 334 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਦੋਸ਼ੀਆਂ ਨੂੰ ਉਦੋਂ ਗ੍ਰਿਫਤਾਰ ਕੀਤਾ ਜਦੋਂ ਇਹ ਆਪਣੇ ਇੱਕ ਗ੍ਰਾਹਕ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਰੂਪਨਗਰ ਆਏ ਸਨ। ਪੁਲਿਸ ਨੇ ਤਿੰਨਾਂ ਵਿਅਕਤੀਆਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਅਦਾਲਤ 'ਚ ਰਿਮਾਂਡ ਮਗਰੋਂ ਇਹਨਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਹ ਅਸੀਂ ਸਾਡੇ ਜਿਹੜੇ ਜ਼ਿਲ੍ਹਾ ਕਪਤਾਨ ਨੇ SSP ਸਾਹਿਬ ਰਾਜਭਜਨ ਸਿੰਘ ਸੰਧੂ ਜੀ ਦੀ ਜਿਹੜੀ ਦਿਸ਼ਾ ਨਿਰਦੇਸ਼ ਨੇ ਨਸ਼ਿਆਂ ਦੇ ਖਿਲਾਫ਼ ਜਿਹੜੀ ਮੁਹਿੰਮ ਛੋੜੀ ਹੋਈ ਆ ਉਹਦੇ ਤਹਿਤ ਅਸੀਂ ਕੱਲ੍ਹ ਨਾਕਾਬੰਦੀ ਕਰੀ ਹੋਈ ਸੀਗੀ। ਮਲਕਪੁਰ ਤੋਂ ਜਿਹੜਾ ਰਸਤਾ ਜਾਂਦਾ ਘਨੌਲੀ ਨੂੰ ਨਹਿਰ ਦੇ ਨਾਲ ਨਾਲ ਉੱਥੇ ਅਸੀਂ ਇੱਕ ਵਰਨਾਕਾਰ ਗੱਡੀ ਦਾ ਜਿਹਦਾ ਦਿੱਲੀ ਦਾ ਨੰਬਰ ਲੱਗਿਆ ਉਹਦੇ ਸੰਬੰਧੀ ਸਾਨੂੰ ਮੁਖਬਰੀ ਮਿਲੀ ਸੀ। ਪਹਿਲਾਂ ਉਹਦੀ ਮੁਖਬਰੀ ਦੇ ਆਧਾਰ 'ਤੇ ਅਸੀਂ ਪਰਚਾ ਦਰਜ ਕਰਿਆ। ਅਸੀਂ ਫਿਰ ਸਾਡੀ ਟੀਮ ਨੇ ਨਾਕਾ ਲਾ ਲਿਆ, ਸਾਡੇ ਵਿੱਚ CI ਦੇ ਮੁਲਾਜ਼ਮ ਵੀ ਨਾਲ ਸੀਗੇ, ਕਾਊਂਟਰ ਇੰਟੈਲੀਜੈਂਸ ਦੇ ਮੁਲਾਜ਼ਮ ਵੀ ਨਾਲ ਸੀਗੇ ਅਤੇ ਨਾਕਾਬੰਦੀ 'ਤੇ ਅਸੀਂ ਜਿਹੜੀ ਇੱਕ ਵਰਨਾਕਾਰ ਰੋਕੀ ਜਿਹਦੀ ਸਾਨੂੰ ਮਜਬੂਰੀ ਸੀਗੀ। ਉਸ ਗੱਡੀ ਦੇ ਵਿੱਚ ਜਦੋਂ ਅਸੀਂ ਰੋਕ ਕੇ ਚੈੱਕ ਕਰਿਆ ਤਾਂ ਜਿਹੜੇ ਮੁੰਡਾ ਅਤੇ ਕੁੜੀ ਉਹਨਾਂ ਕੋਲੋਂ ਸਾਨੂੰ ਹੈਰਨ ਮਿਲੀ ਸੀਗੀ, ਕਿਉਂਕਿ ਹੈਰਨ ਜਿਹੜੀ ਸੀਗੀ ਅਸੀਂ ਉਹਨਾਂ ਨੂੰ ਪੁੱਛਿਆ ਅਤੇ ਇਹ ਤੁਸੀਂ ਸਾਨੂੰ ਤਲਾਸ਼ੀ ਦੇਣੀ ਹੈ ਜਾਂ ਕਿਸੇ ਮੈਜਿਸਟਰੇਟ ਨੂੰ ਜਾਂ ਜੀਓ ਨੂੰ ਬੁਲਾਈਏ। ਉਹਨਾਂ ਨੇ ਸਾਡੇ ਕੋਲੋਂ ਜੀਓ ਦੀ ਡਿਮਾਂਡ ਕਰੀ ਸੀ। ਮੌਕੇ 'ਤੇ ਅਸੀਂ ਸਾਡੇ ਜਿਹੜੇ ਆਪਣੇ DSP ਹੈੱਡਕੁਆਰਟਰ ਨੇ ਜਿਹੜੇ ਹਾਜ਼ਰ ਸੀਗੇ ਸ਼੍ਰੀ ਮਨਵੀਰ ਸਿੰਘ ਸਿੱਧੂ ਨੂੰ ਬੁਲਾਇਆ ਸੀ, ਮਨਵੀਰ ਸਿੰਘ ਬਾਜਵਾ ਜੀ, ਜੋ ਬਾਜਵਾ ਸਾਹਿਬ ਨੇ ਉੱਥੇ ਮੌਕੇ ਦੇ ਉੱਤੇ ਇਹਨਾਂ ਦੀ ਤਲਾਸ਼ੀ ਕਰਾਈ ਆਪਣੀ ਹਾਜ਼ਰੀ 'ਚ। ਜੋ ਸਾਨੂੰ ਜਿਹੜਾ ਮੁੰਡਾ ਵਾ ਪੁਰਸ਼ੋਤਮ ਕੁਮਾਰ ਉਹਦੇ ਕੋਲੋਂ 260 ਗ੍ਰਾਮ ਅਤੇ ਜਿਹੜੀ ਉਹਦੇ ਨਾਲ ਲੜਕੀ ਸੀਗੀ ਪਰਮਜੀਤ ਸੋਨੀਆ ਉਹਦੇ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਆ, ਜਿਹੜੀ ਕੁੱਲ ਹੈਰੋਇਨ ਆ ਕਰੀਬ 314 ਗ੍ਰਾਮ। ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਪੰਜਾਬ ਟੂਡੇ।